ਮੈਂ ਤੈਨੂੰ ਕੰਡੀ ਕਰਨੀ ਕੰਡੀ ਕਰ ਚੰਗੇ ਭਲੇ ਗਏ ਆ, ਕੋਈ ਓਦਾਂ ਦੀ ਗੱਲ ਨੀ ਆ, ਕੋਈ ਬਾਤ ਨੀ ਆ। ਉਹ ਕਹਿੰਦੇ ਆ ਕਿ ਇਹਨਾਂ ਕੋਲੋਂ ਅਸਲਾ ਫੜੀਚਾ ਆ, ਮਾਨ ਫੜੀਚਾ ਆ, ਓਦਾਂ ਦੀ ਕੋਈ ਗੱਲ ਨੀ ਗੀ। ਇੱਥੋਂ ਘਰੋਂ ਸਕੈਨ ਦਾ ਕਹਿ ਕੇ ਗਏ ਆ, ਸਕੈਨ ਕਰਾਉਣ ਜਾਣੀ ਸੀਗੀ, ਗੱਡੀ ਲੈਣ ਗਏ ਸੀਗੇ। ਕੋਈ ਰੋਲ ਨੀ ਸੀ, ਘਰੋਂ ਵਧੀਆ ਗਏ ਆ, ਓਦਾਂ ਦੀ ਕੋਈ ਗੱਲ ਨੀ ਗੀ। ਗੱਡੀ ਲੈਣ ਕਿੱਥੇ ਗਏ ਸੀ? ਉਹ ਗਏ ਸੀ ਮੋਗੇ। ਕਿਹਨਾਂ ਨਾਲ ਗਏ ਸੀ? ਉਹ ਅਨਮੋਲ ਸਿੰਘ ਨਾਲ ਗਏ ਸੀ। ਕੀ ਕਹਿੰਦੇ ਕੀ ਅਨਮੋਲ ਨਾਲ ਕਿੰਨੀ ਯਾਰੀ ਕਰੇ ਕੁੜੀ ਐ? ਉਹਨਾਂ ਨੂੰ ਯਾਰੀ ਤਾਂ ਪਹਿਲਾਂ ਬਚਪਨ ਤੋਂ ਹੀ ਪੜ੍ਹਦੇ ਰਹੇ, ਇਕੱਠੇ ਹੀ ਰਹੇ ਆ, ਤੇ ਹੁਣ ਮਤਲਬ ਪਹਿਲਾਂ ਨਹੀਂ ਜਾਂਦੇ, ਹੁਣ ਹੋ ਗਿਆ 5-6 ਮਹੀਨੇ ਉਹਨਾਂ ਦੇ ਨਾਲ ਮਤਲਬ ਰਹਿੰਦੇ ਸੀ ਦੋਵੇਂ ਇਕੱਠੇ। ਕਾਰਨ ਕੀ ਸਮਝਦੇ ਹੋ? ਜਿੱਦਾਂ ਕਿਹਾ ਜਾ ਰਿਹਾ ਕਿ ਨਸ਼ੇ ਦੀ ਤਸਕਰੀ ਕਰਨ ਜਾ ਰਿਹਾ ਸੀਗਾ ਤਾਂ ਜਾ ਕੇ ਕਿਹਨੇ? ਓਦਾਂ ਦਾ ਕੁਛ ਨਹੀਂ ਆ, ਨਸ਼ਾ ਕਰ ਦਿੰਦੇ ਸਾਨੂੰ ਨਾ, ਪਰ ਘਰੇ ਪਤਾ ਹੁੰਦਾ ਵੀ ਉਹ ਨਸ਼ਾ ਏਦਾਂ ਆਹ ਕੰਮ ਕਰਨ ਚੱਲੇ ਆ। ਇੱਥੋਂ ਤਾਂ ਉਹ ਗੱਡੀ ਦਾ ਕਹਿ ਕੇ ਗਏ ਵੀ ਗੱਡੀ ਲੈਣ ਗਏ ਸੀਗੇ, ਮੋਗੇ ਜਾਣਾ ਸੀ ਸਕੈਨ ਕਰਾਉਣ। ਨਹੀਂ ਨਹੀਂ ਨਸ਼ਾ ਕੁਛ ਨਹੀਂ, ਉਹ ਕੋਈ ਨਸ਼ਾ ਨਹੀਂ ਸੀ ਕਰਦੇ ਕਿਸੇ ਵੀ ਤਰ੍ਹਾਂ ਦਾ। ਮੰਗੇ ਕਰਦੇ ਆ ਕਿ ਸਾਨੂੰ ਇਨਸਾਫ ਚਾਹੀਦਾ ਹੈ, ਜਿਹਨਾਂ ਜਿਨ ਨਜਾਇਜ਼ ਐਨਕਾਊਂਟਰ ਕੀਤਾ ਨਾ, ਇਨਸਾਫ ਚਾਹੀਦਾ ਸਾਨੂੰ। ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਪਿੰਡ ਤਾਂ ਅਸੀਂ ਇੱਥੇ ਦੇ ਰਹਿਣ ਵਾਲੇ ਮੰਦਰਾਂ ਦੇ ਜੀ। ਹਾਂਜੀ, ਅਨਮੋਲ ਤੁਹਾਡਾ ਕੀ ਨਾਮ? ਅਨਮੋਲ ਮੇਰਾ ਪੋਤਰਾ ਲੱਗਦਾ, ਮੈਂ ਉਹਦੀ ਦਾਦੀ ਲੱਗਦੀ। ਕੀ ਗੱਲ ਹਾਦਸਾ ਵਾਪਰਿਆ? ਇਹ ਹਾਦਸਾ ਸਾਨੂੰ ਪਤਾ ਨਹੀਂ ਗਾ, 1:30-2 ਵਜੇ ਗਿਆ ਹੋਇਆ ਘਰੋਂ, ਕੋਈ ਆਇਆ ਮੁੰਡਾ ਲੈਣ, ਉਹ ਚੱਲੇ ਗਿਆ ਆਪਦੇ ਸਹੁਰਿਆਂ 'ਤੇ ਚੱਲਿਆ ਸੀਗਾ। ਉਹਦਾ ਫਿਰ ਉਹਨੇ ਅਖੰਡ ਪਾਠ ਰਾਇਆ ਸੀਗਾ, ਉਹ ਪਾਠ 'ਚ ਚੱਲੇ ਸੀਗੇ, ਉਹਨੇ ਹੁਣ ਚੱਲੇ ਜਾਣਾ, ਸਵੇਰੇ ਆ ਜਾਏ, ਚੱਲ 2 ਵਜੇ ਚੱਲਾਂਗੇ। ਸਾਨੂੰ ਨਹੀਂ ਪਤਾ ਵੀ ਉਸ ਤੋਂ ਬਾਅਦ ਕੀ ਹੋਇਆ, ਕੀ ਵਾਕਿਆ ਵਰਕਿਆ ਉਹਨਾਂ ਨਾਲ, ਕਿਵੇਂ ਉਹਨਾਂ ਨੂੰ ਮਾਰਿਆ, ਕੀ ਗੱਲ ਬਣ ਗਈ, ਦੋਵਾਂ ਨੇ ਉੱਥੋਂ ਮਾਰ ਕੇ ਸੁੱਟ ਗਏ। ਅਤੇ ਮੁੰਡੇ ਹੀ ਸੀਗੇ, ਇੱਕ ਪਿੰਡ ਦਾ ਜਿਹੜਾ ਮੁੱਕਾ ਉਹ ਸੀਗਾ, ਇੱਕ ਮੌਜੀ ਵਾਲੇ ਦਾ ਮੁੰਡਾ ਸੰਦੀਪ। ਕਿੱਥੇ ਗਏ? ਕਿੱਥੇ ਸੀ? ਪਤਾ ਨਹੀਂ ਨਾ ਸਾਨੂੰ ਕਿੱਥੇ ਗਏ ਸੀਗੇ। ਅਨਮੋਲ ਕੀ ਕਰਦਾ ਸੀ? ਕੰਮ ਕੀ ਕਰਦਾ ਸੀ? ਅਨਮੋਲ ਗੱਡੀ ਚਲਾਉਂਦਾ ਚੰਡੀਗੜ੍ਹ, ਉਹ ਭੈਣ ਦਾ ਵਿਆਹ ਸੀਗਾ ਤਾਂ ਕਰਕੇ ਆਇਆ ਹੋਇਆ ਸੀਗਾ। ਚੰਡੀਗੜ੍ਹ ਚਲਾਉਂਦਾ? ਕਦੋਂ ਤੋਂ ਚਲਾਉਣ ਲੱਗਿਆ ਉੱਥੇ? ਉਹਨੂੰ ਹੋ ਗਿਆ ਦਸੰਬਰ, ਸਾਲ ਹੋ ਗਿਆ ਉਹਨੂੰ, ਸਾਲ ਹੀ ਮੈਰਿਜ ਨੂੰ ਹੋਇਆ ਉਹਦਾ। ਗੱਡੀ ਦੀ ਆਪਦੀ ਸੀ? ਹਾਂਜੀ, ਆਪਦੀ ਗੱਡੀ, ਆਪਦੀ ਗੱਡੀ ਜਿਹੜੀ ਉੱਥੇ ਖੜੀ ਹੋਈ ਉਹਦੀ ਆਪਦੀ ਹੈ। ਕਿਹੜੀ ਗੱਡੀ ਸੀ? ਸਵਿਫਟ ਡਿਜ਼ਾਇਰ। ਹਾਂਜੀ, ਹੋਰ ਕੀ ਕਹਿੰਦਾ ਸੀਗਾ ਘਰੇ? ਕੀ ਕਹਿ ਕੇ ਆਏਗਾ ਘਰੇ? ਸਾਨੂੰ ਤਾਂ ਪਤਾ ਨਹੀਂ, ਆਪਦੀ ਮੰਮੀ ਆਪਦੀ ਗੱਲ ਹੋਈ, ਮੰਮੀ ਆਉਂਦੇ ਤੁਸੀਂ ਤਿਆਰ ਹੋ ਜਾਓ, ਉਹ ਤਿਆਰ ਹੋ ਕੇ ਬੈਠੇ ਫੋਨ ਲਾਈ ਜਾਂਦੇ, ਫੋਨ ਫਿਰ ਲੱਗਾ ਨਹੀਂ ਗਾ, ਚੁੱਕਿਆ ਨਹੀਂ ਗਾ ਉਹਨਾਂ ਨੇ, ਤੇ ਫਿਰ ਇਹ ਕਹਿੰਦੇ ਮਨਮੋਲ ਫੋਨ ਨਹੀਂ ਚੁੱਕਦਾ। ਮੈਂ ਕੋਈ ਨਹੀਂ ਤੁਸੀਂ ਤਿਆਰ ਹੋ ਜਾਓ, ਆ ਜਾਏਗਾ, ਉਹ ਆਇਆ ਹੀ ਨਹੀਂ ਗਾ, ਫਿਰ ਸਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਗੋਲੀਆਂ ਚਲਾ ਗਏ ਉਸ ਮਾਰ। ਕਦੇ ਇਹੋ ਜਿਹੇ ਕੰਮ ਦੇ ਵਿੱਚ ਸੀਗਾ ਸ਼ਾਮਿਲ? ਉਹ ਸ਼ਾਮਿਲ ਹੁਣ ਸਾਨੂੰ ਵੀ ਇੰਨਾ ਪਤਾ ਨਹੀਂ ਗਾ, ਬਾਹਰ ਚੱਲੇ ਜਾਂਦੇ ਹੁਣ ਮੁੰਡਿਆਂ ਨਾਲ, ਤੁਹਾਨੂੰ ਪਤਾ ਹੀ ਆ ਕਿਹੜਾ, ਦੱਸ ਕੇ ਜਾਂਦੇ ਘਰੋਂ। ਰਹਿੰਦਾ ਚੰਡੀਗੜ੍ਹ ਹੀ? ਹਾਂਜੀ, ਉੱਥੇ ਰਹਿੰਦਾ ਸੀ। ਹੁਣ ਫੈਮਿਲੀ ਉਹਦੀ? ਫੈਮਿਲੀ ਵੀ ਉੱਥੋਂ ਦੀ ਆ, ਖਰੜ ਦੀ ਆ। ਮਾਤਾ ਜੀ ਤੁਹਾਡੇ ਪਿੰਡ ਦਾ ਇਹਦੇ ਹੋਰ ਵੀ ਕੁਛ ਨੌਜਵਾਨ ਜਿਹੜਾ ਇਦਾਂ ਇਹਦੇ ਨਾਲ ਸੀ? ਹੈਗਾ ਜਿਹੜਾ ਜਿਹਦੀ ਡੈਥ ਹੋਈ, ਉਹ ਹੈਗਾ ਇਹ ਮੁੰਡਾ ਗੋਰਾ। ਹੁਣ ਹਾਲਾਤ ਕਿਸ ਤਰ੍ਹਾਂ ਦੇ ਉਹਦੇ? ਉਹ ਵੀ ਬਹੁਤ ਕੰਡੀਸ਼ਨ ਦੀ ਵੀ ਖਰਾਬ, ਸਹੀ ਨਹੀਂ ਗਿਆ ਅਨਮੋਲ ਦੀ।
ਤੇ ਆਪਰੇਸ਼ਨ ਹੋ ਗਿਆ ਵੈਸੇ 8-10 ਘੰਟੇ ਲੱਗ ਕੇ ਰਾਤ ਦਾ ਤੇ ਦੁਬਾਰਾ ਫੇਰ ਹੋਣਾ ਵਾ ਉਹ ਤੁਹਾਨੂੰ ਕਿਵੇਂ ਪਤਾ ਲੱਗਿਆ ਗੋਤੇ ਗੋਲੀ ਸਾਨੂੰ ਫੋਨ ਆਇਆ ਕਿਹਨਾਂ ਦਾ ਫੋਨ ਪਤਾ ਨਹੀਂ ਕਿਹਨਾਂ ਦੇ ਮਾਮੇ ਨੂੰ ਆਇਆ ਅਨਮੋਲ ਦੇ ਮਾਮੇ ਨੂੰ ਉਹ ਕਿਤੇ ਵਿਆਹ ਤੇ ਗਏ ਹੋਏ ਸੀਗੇ ਉੱਥੋਂ ਫੋਨ ਆਇਆ ਤੇਰਾ ਪਨੇਵਾ ਨੇ ਇਤਰ ਤਰ੍ਹਾਂ ਗੋਲੀਆਂ ਉੱਥੇ ਮਾਰਤੀਆਂ ਉਹਨਾਂ ਨੇ ਇਹ ਨਹੀਂ ਪਤਾ ਕਿਹਨਾਂ ਨੇ ਮਾਰਿਆ ਸਾਨੂੰ ਕਹਿੰਦੇ ਸੀ ਵੀ ਆ ਪੁਲਿਸ ਵਾਲੇ ਸੀਗੇ ਉਹ ਮਾਰ ਗਏ ਪਰ ਇਹ ਨਹੀਂ ਸਾਨੂੰ ਪਤਾ ਕਿਉਂਕਿ ਅਸੀਂ ਕਿਹੜਾ ਕੋਲ ਸੀਗੇ ਅਜੇ ਤਾਂ ਘਰ ਸੀ ਇਨਸਾਫ ਮਿਲਣਾ ਚਾਹੀਦਾ ਉਹ ਬੱਚਿਆਂ ਨੂੰ ਮਿਲਣਾ ਚਾਹੀਦਾ ਜਿਹੜੇ ਬੱਚੇ ਮਾਰੇ ਆ ਉਹ ਵੀ ਇਕੱਲੇ ਇਕੱਲੇ ਮਾਵਾਂ ਦੇ ਪੋਤੇ ਜਿਵੇਂ ਸਮੇਰਾ ਪੋਤੇ ਉਵੇਂ ਉਹ ਮੈਨੂੰ ਆਪਦੇ ਆ ਉਹਦੇ ਤੇ ਪਰਚੇ ਪੁਰਚੇ ਵੀ ਪਏ ਹੋਏ ਪਹਿਲੇ ਹਾਂਜੀ ਪਹਿਲੇ ਨੇ ਜਿਹਾ ਤੁਹਾਨੂੰ ਪਤਾ ਇਹ ਪਾ ਦਿੰਦੀ ਹੁੰਦੀ ਪੁਲਿਸ ਮੈਂ ਪਰਚੇ ਤਾਂ ਪਾ ਹੀ ਦਿੰਦੇ ਹੁੰਦੇ ਜਦੋਂ ਘਰੋਂ ਉਠਾ ਕੇ ਨਿਆਣੇ ਨੂੰ ਲੈ ਜਾਣਗੇ 10ਵੀਂ 9ਵੀਂ 'ਚ ਪੜ੍ਹਨ ਵਾਲੇ ਨੂੰ ਉਹਨੂੰ ਫਿਰ ਪਾਉਣਾ ਹੀ ਪਾਉਣਾ ਉਹਨਾਂ ਨੇ ਨਜਾਇਜ਼ ਪਰਚੇ ਪਾ ਦੇ ਬੱਚੇ ਨਾ ਗਾਂਹ ਜੋਗੇ ਨਾ ਪਿਛਾਂ ਜੋਗੇ ਉਹਨਾਂ ਨੇ ਐਸੇ ਉਹਨਾਂ ਨੂੰ ਉਹ ਕਰਤਾ ਕਿ ਨਾ ਇੱਥੇ ਜੋਗੇ ਰਹਿਣ ਤੋਂ ਨਾ ਇਹ ਬਾਹਰ ਜਾਣ ਜੋਗੇ ਰਹਿਣ ਸਾਡੇ ਪੰਜ ਵਜੇ ਫੋਨ ਆਇਆ ਵੀ ਆਹ ਗੱਲ ਬਣ ਗਈ ਸਾਨੂੰ ਤਾਂ ਚੇਤੇ ਚੇਤੇ ਹੀ ਨਹੀਂ ਆਹ ਗੱਲ ਕਿੱਥੇ ਗਏ ਸੀ ਕੁਛ ਕਹਿ ਕੇ ਗਿਆ ਸੀ ਘਰੇ ਕਿੱਥੇ ਚੱਲਿਆ ਨਹੀਂ ਇਹ ਨਹੀਂ ਕੁਛ ਦੱਸਿਆ ਉਹਦਾ ਮੁੰਡਾ ਲਗਾਇਆ ਨਾ ਮੰਦਰਾਂ ਦਾ ਮੁੱਲਾ ਮੁੱਲਾ ਅਤੇ ਨਾਲ ਉਹ ਜਿਹੜਾ ਹੈਗਾ ਖਰੇ ਉਹਦੇ ਨਾਲ ਗੋਰਾ ਗੋਰਾ ਉਹ ਲੈ ਕੇ ਗਿਆ ਉਹ ਲਗਾਏ ਆ ਘਰੋਂ ਕਿੰਨੇ ਕੁ ਵਜੇ ਲੈ ਕੇ ਗਈ ਆ 3 ਵਜੇ ਅਤੇ ਉਦੋਂ ਬਾਅਦ 'ਚ ਕੀ ਹੋਇਆ ਹਾਂਜੀ ਉਦੋਂ ਬਾਅਦ 'ਚ ਕੀ ਹੋਇਆ ਜੀ ਬਾਅਦ ਸਾਨੂੰ ਤਾਂ ਪਤਾ ਹੀ ਨਹੀਂ ਕੀ ਹੋਇਆ ਤੇ 5-5:30 ਵਜੇ ਫੋਨ ਆਇਆ ਸਾਨੂੰ ਵੀ ਇਸ ਤਰ੍ਹਾਂ ਆਹ ਵਾਕਿਆ ਹੋ ਗਿਆ ਕੀ ਵਾਕਿਆ ਹੋਇਆ ਜੀ ਅਸੀਂ ਗੋਲੀ ਚੱਲੀ ਅਸੀਂ ਤਾਂ ਗੋਲੀ ਕਿਸਮੇ ਚੱਲ ਗਈ ਹਾਂਜੀ ਉਹ ਮੇਰਾ ਮੁੰਡਾ ਅਤੇ ਪੋਤਰਾ ਸੀ ਉਹ ਗੱਡੀ 'ਤੇ ਗਏ ਦੋਵੇਂ ਜਣੇ ਅਫੜਾ ਦਬੜੀ ਜੀ ਜੀਰੇ ਨੂੰ ਭੱਜ ਗਏ ਹਾਂਜੀ ਉਦੋਂ ਬਾਅਦ ਫਿਰ ਇੱਕ ਮੇਰਾ ਪੋਤਰਾ ਹੋਰ ਕਿਸੇ ਦੀ ਗੱਡੀ ਮੰਗ ਕੇ ਤਾਂ ਗਿਆ ਮਗਰ ਆਹ ਗੱਲ ਬਣੀ ਵੀ ਉੱਥੇ ਜਾਂਦਿਆਂ ਨੂੰ ਵਿਆਹ ਦੋ ਮਾਰਤੇ ਦੇ ਕਹੇ ਫਟੜੇ ਮਾੜਾ ਮੋਟਾ ਆਹ ਗੱਲ ਬਣੀ ਕੀ ਇਨਸਾਫ ਚਾਹੁੰਦੇ ਹੋ ਤੁਸੀਂ ਹਾਂਜੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਸਾਡੇ ਜੀ ਅਸੀਂ ਤਾਂ ਇਹ ਆਉਣਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਉਹਨਾਂ ਨੂੰ ਮਾਰਿਆ ਕਿਹੜੀ ਗੱਲੋਂ ਵੀ ਕੀ ਉਹਨਾਂ ਦਾ ਗੁਨਾਹ ਸੀ ਉਹ ਫੜ ਵੀ ਸਕਦੇ ਸੀ ਪੁੱਛਦੇ ਉਹਨਾਂ ਨੂੰ ਵੀ ਕੀ ਤੁਹਾਡੇ ਫੜਿਆ ਉਹਨਾਂ ਨੂੰ ਕੋਈ ਕੀ ਫੜਿਆ ਕੱਖ ਵੀ ਨਹੀਂ ਮੁੰਡਾ ਵਿਆਹ ਸੀ ਨਹੀਂ ਜੀ ਕੁਆਰਾ ਮੁੰਡਾ ਕਿੰਨੀ ਕੁ ਉਮਰ ਸੀ ਜੀ 23